तो हाँ जी गाइस, जिहड़ा अज दा व्लॉग होगा क्रिटा रिव्यू दा 2017 मॉडल एस एक्स वेरियंट दे बारे दसांगे। तो चलो करदे आं रिव्यू स्टार्ट। हाँ जी गाइस, हुण करदे असीं इहदा रिव्यू स्टार्ट। जिहड़ियां इहदियां चाबियां ओह दो हैगियां, एक हैगी साडे कोल, एक घरे पई आ ओरिजिनल चाबियां नाल, ठीक है जी। इत्थों कार लॉक हुंदी आ, इत्थों अनलॉक हुंदी आ, इत्थों इहदी डिग्गी खुलदी आ, ठीक है जी। बूट लॉक जिहनूं कह दिंदे आ। ते इहदी कंडीशन विच कुछ इदां दी आ, सारा तुहानूं दस्सांगे इहदे बारे। पहला इहदे मीटर ते देख लो, इस साइड हैगा इहदा स्पीडोमीटर, परली साइड हैगा इहदा आरपीएम मीटर, विच हैगा इहदा जो भी तुहानू पेट्रोल डीजल दी ऑप्शन दित्ती हुई है, परले पासे इहदा टेंपरेचर मीटर दित्ता होया। इत्थों असीं ट्रिप मीटर कर सकदे हां, असीं इहदे मूड चेंज कर सकदे हां, जो भी देखना चाहुंदे हां असीं। इत्थों असीं इहदी रेंज, जिद्दां असीं अपने किते भी टूर ते जाणा वा, असीं किन्ने किलोमीटर रन कीती आ, इहदे विच दो ऑप्शन आउंदी है, इक ए और इक बी। ਆਈਦੀ ਰੇਂਜ ਆਉਂਦੀ ਆ ਜਿਹਦੇ ਮੀਡੀਆ ਫੰਕਸ਼ਨ ਆ, ਜਿੱਦਾਂ ਆਪਾਂ ਡੈਕ ਵਗੈਰਾ, ਰੇਡੀਓ ਵਗੈਰਾ, ਵੋਲੀਅਮ ਅਪ ਡਾਊਨ ਕਰ ਸਕਦੇ ਆ, ਇੱਥੋਂ ਹੀ ਅਸੀਂ ਫੋਨ ਚੱਕ ਸਕਦੇ ਆ, ਇੱਥੋਂ ਮਿਊਟ ਕਰ ਸਕਦੇ ਆ। ਇੱਧਰ ਇਹਦੇ ਪਾਵਰ ਵਿੰਡੋ ਦੇ ਆਪਸ਼ਨ ਵਾ, ਪਿਛਲੀਆਂ ਤਾਕੀਆਂ ਦੇ ਆ, ਆਹ ਮੋਰਲੀਆਂ ਤਾਕੀਆਂ ਦੇ ਆ, ਆਹ ਇੱਥੋਂ ਸਾਰੇ ਚਾਰੇ ਤਾਕੀਆਂ ਲੌਕ ਹੋ ਜਾਂਦੀਆਂ, ਇੱਥੋਂ ਸ਼ੀਸ਼ੇ ਲੌਕ ਹੋ ਜਾਂਦੇ ਆ, ਸਿਰਫ ਤੁਸੀਂ ਕੰਟਰੋਲ ਕਰ ਸਕਦੇ ਆ, ਬਾਕੀ ਕੱਲੀ ਕੱਲੀ ਤਾਕੀ ਦੇ ਬੰਦ ਹੋ ਜਾਂਦੇ ਆ। ਆਹ ਇਹਦੇ ਸਾਈਡ ਮਿਰਰ ਵਾ, ਉਹਦੀ ਐਡਜਸਟਮੈਂਟ ਵਗੈਰਾ ਵਾ, ਇੱਥੋਂ ਅਸੀਂ ਆਹ ਦਿਖਾਲ, ਇਹ ਆ ਸ਼ੀਸ਼ੇ ਜਿਹੜੇ ਆ ਸਾਈਡ ਮਿਰਰ ਦੇ, ਅਸੀਂ ਇੱਥੋਂ ਅੰਦਰੋਂ ਬੈਠੇ ਬੰਦ ਕਰ ਸਕਦੇ ਆ, ਅੰਦਰੋਂ ਬੈਠੇ ਆਨ ਕਰ ਸਕਦੇ ਆ। ਇਹਦੇ ਗੇਅਰ ਆ ਮੈਨੂਅਲ ਗੇਅਰ ਆ, ਰਿਵਰਸ ਗੇਅਰ ਜਿਹੜਾ ਵਾ ਉਹ ਇੱਥੇ ਲੱਗਿਆ ਹੋਇਆ ਵਾ, ਉਹਨੂੰ ਦੱਬ ਕੇ ਪੈਂਦਾ ਵਾ ਅੱਗੇ ਨੂੰ। ਬਾਕੀ ਇਹਦੇ 6 ਗੇਅਰ ਆ ਅੱਗੇ, 7th ਗੇਅਰ ਆ ਟੋਟਲ ਇਹਦੇ। ਕੰਟਰੋਲ ਆ ਆਟੋਮੈਟਿਕ, ਤਾਂ ਤੁਸੀਂ ਜਿੰਨੇ ਤੇ ਵੀ ਇਹਦਾ ਸੈੱਟ ਕਰਨਾ ਚਾਹੁੰਦੇ ਆ, 20 ਤੇ 21 ਤੇ 22 ਤੇ 18 ਜਾਂ 19, ਉੱਥੇ ਇਹ ਆਪਣੇ ਆਪ ਆਟੋਮੈਟਿਕ 19 ਤੇ ਅੰਦਰਲੇ ਕੈਬਨ ਦਾ ਕੂਲਿੰਗ ਕਰ ਦਿੰਦਾ ਵਾ। ਥੱਲੇ ਇਹਦਾ ਚਾਰਜਰ ਆ 12 ਵੋਲਟ ਦਾ, ਇੱਕ USB ਜਿਹੜਾ ਚਾਰਜਰ ਆ, ਤੁਸੀਂ ਜਦੋਂ ਗੱਡੀ ਆਫ ਕਰਨੀ ਆ ਚਾਬੀ ਕੱਢ ਕੇ, ਤਾਂ ਇੱਥੋਂ ਤੁਸੀਂ ਯੂਜ਼ ਕਰ ਸਕਦੇ ਆ, ਚਾਰਜ ਜਿਹੜਾ ਵਾ ਇਹ ਤੁਹਾਡਾ ਹੋ ਜਾਊਗਾ ਬਗੈਰ ਚਾਬੀ ਤੋਂ, ਜੇ ਚਾਰਜ ਕਰਨਾ ਹੋਵੇ ਤਾਂ। ਇਹ ਕਨੇਡਾ ਦਾ 1600cc ਦਾ ਇੰਜਨ ਵਾ, ਤਾਂ 16 ਇਹਦੇ ਵਿੱਚ ਬਾਲ ਵਾ, 4 ਸਿਲੰਡਰ ਵਾ, ਹਰ ਪਿਸਟਨ ਦੇ ਉੱਤੇ 4 ਬਾਲ ਆ, ਠੀਕ। ਤਾਂ ਜਿਹੜੀ ਹੁਣ ਨਵੀਂ ਕਰੇਟਾ ਆਉਂਦੀ ਆ, ਉਹਦਾ ਇੰਜਨ ਜਿਹੜਾ ਵਾ 1500cc ਦਾ ਵਾ, ਫਰਕ ਦਾ ਬਹੁਤ, ਚਲਾਉਣ ਦੇ ਵਿੱਚ ਬਹੁਤ ਫਰਕ ਆਉਂਦਾ ਵਾ। ਇਹਦੀ ਇੰਜਨ ਦੀ ਪਾਵਰ ਵੱਧ ਵਾ, ਤੇ ਜਿਹੜਾ ਹੁਣ ਇੰਜਨ ਆਉਂਦਾ ਉਹਦੀ ਪਾਵਰ ਘੱਟ ਵਾ। ਲਾਈਟਾਂ ਵਾ, 5 beam ਲੋ ਬੀਮ, ਇਹਦੇ ਪ੍ਰੋਜੈਕਟਰ ਲੱਗੀਆਂ ਹੋਈਆਂ ਵਾ, ਤਾਂ HED ਇਹਦੇ ਵਿੱਚ ਅਸੀਂ ਇੰਸਟਾਲ ਕਰਾਈਆਂ ਹੋਈਆਂ ਵਾ। ਜਿਹੜੀ ਆ ਗੱਬੇ ਲਾਈਟ ਵਾ, ਇਹ ਜਦੋਂ ਵੀ ਅਸੀਂ ਟਾਇਰ ਜਿੱਧਰ ਨੂੰ ਮੋੜਦੇ ਹਾਂ ਉੱਧਰ ਨੂੰ ਇਹ ਇੰਡੀਕੇਸ਼ਨ ਕਰਦੀ ਆ। ਤੁਹਾਨੂੰ ਮੈਂ ਚਲਾ ਕੇ ਦਿਖਾ ਦਿੰਦਾ, ਆਹ ਡੇ ਵਾਲੀ LED ਲਾਈਟ ਆ ਜਿਹੜੀ ਪਾਰਕਿੰਗ ਦੇ ਉੱਤੇ ਜਗਦੀ ਆ, ਆਹ ਇਹਦੀਆਂ ਫੋਗ ਲਾਈਟਾਂ ਵਾ। ਆਹ ਕੰਪਨੀ ਨੇ ਜਾਲੀ ਦਿੱਤੀ ਹੋਈ ਆ, ਜਿੱਦਾਂ ਤੁਹਾਡਾ ਸਮਾਨ ਵਾ ਕੋਈ ਵੀ, ਉਹ ਅੰਦਰ ਟੈਚੀ ਰੱਖ ਕੇ ਜਿਹੜੇ ਆ ਉਹ ਇੱਧਰ ਉੱਧਰ ਨਹੀਂ ਜਾਂਦੇ, ਇਹਦੇ ਨਾਲ ਇਹ ਕੰਪਨੀ ਨੇ ਦਿੱਤਾ ਹੋਇਆ, ਬਹੁਤ ਵਧੀਆ ਆਪਸ਼ਨ ਦਿੱਤੀ ਆ। ਆਹ ਇਹਦਾ ਸਪੇਅਰ ਵੀਲ ਵਾ, ਇਹ ਇਹਨੂੰ ਰਿਮ ਪਾ ਦਿੱਤਾ ਹੋਇਆ ਕੰਪਨੀ ਨੇ। ਆਹ ਇਹਦਾ ਜੈਕ ਪਿਆ, ਆਹ ਟੋ ਵਾਲਾ ਵਾ, ਆਹ ਫਾਸਟ ਕਿੱਟ ਵਾ, ਇਹਦੇ ਲਾਈਟ ਦਿੱਤੀ ਹੋਈ ਆ ਰਾਤ ਨੂੰ ਉੱਪਰ, ਇਹਦੇ ਟਰੇ ਦਿੱਤੀ ਆ ਪਾਰਸਲ ਟਰੇ, ਜਿੱਦਾਂ ਤੁਸੀਂ ਸਮਾਨ ਰੱਖਿਆ ਹੋਇਆ ਵਾ ਤੁਹਾਡੀ ਗੱਡੀ ਦੇ ਵਿੱਚ, ਕੋਈ ਮਹਿੰਗਾ ਸਮਾਨ ਵਾ
ਲੈਪਟਾਪ ਵਗੈਰਾ ਫੋਨ ਵਗੈਰਾ ਇੱਦਾਂ ਦਾ ਕੋਈ ਸਮਾਨ ਆ ਜਾਂ ਕੋਈ ਜੁਐਲਰੀ ਵਗੈਰਾ ਉਹ ਤੁਹਾਡੀ ਦਿਸੂਗੀ ਨਹੀਂ ਬਾਹਰੋਂ ਕਿਸੇ ਨੂੰ ਵੀ। ਤੇ ਇਹਦੇ ਵਿੱਚ ਸਾਨੂੰ ਦੋ ਟਵਿੱਟਰ ਵੀ ਦਿੱਤੇ ਆ ਸਾਈਡ ਤੇ ਫਰੰਟ ਸੀਟਾਂ ਤੇ ਇੱਕ ਡਰਾਈਵਰ ਸਾਈਡ ਤੇ ਹਾਂ SX ਮਾਡਲ ਦੇ ਵਿੱਚ ਆਉਂਦੇ ਆ ਇੱਕ ਉੱਧਰ ਆ ਠੀਕ ਆ ਜੀ ਤੇ ਇੱਕ ਸਾਈਡਾਂ ਤੇ ਆ ਮੋਰੇ ਚਾਰ ਸਪੀਕਰ ਡੋਰਾਂ ਦੇ ਵਿੱਚ ਆ हाँ जी गाइज ब्लॉग मैं एंड उत्थे कीता नहीं सी उत्थे रश जिहा बहुत पै गया सी आवाज़ आई जांदी सी ते हुण करदे ब्लॉग नूं एंड होप थानू रिव्यू वधिया लगा होगा ते चैनल नूं सबसक्राइब करना लाइक करना ते शेयर जरूर करना थैंक यू।